ਕੀ ਰੇਡ ਕਾ ਬਰਕਰਾਰ ਹੈ ਜਿਸ ਤਰ੍ਹਾਂ ਦੇ ਨਾਲ ਖਬਰਾਂ ਆਈਆਂ ਨੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕੁਝ ਅਕਾਲੀ ਦਲ ਵਾਲੇ ਵਰਕਰ ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਗਈ ਹੈ ਹਾਲਾਂਕਿ ਉਹ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਹੈ ਅੱਜ ਜਦੋਂ ਇਹ ਸਰਪੰਚ ਆਏ ਇਹਨਾਂ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਨੀ ਆ ਕਿ ਦੇਖੋ ਜਿਹੜੇ ਸਾਡੇ ਵੱਡੇ ਲੀਡਰ ਨੇ ਜੇ ਉਹ ਇਹੀ ਕੰਮ ਕਰਨ ਲੱਗ ਗਏ ਤਾਂ ਬਹੁਤ ਮਾੜੀ ਗੱਲ ਹੈ ਸਾਡੀ ਪਾਰਟੀ ਦੀ ਜਿਹੜੀ ਸ਼ਵੀ ਹੈ ਉਹ ਨੀਚੇ ਗਿਰੂਗੀ ਉੱਪਰ ਨਹੀਂ ਹੋਊਗੀ ਕਿ ਇੱਕ ਪਾਸੇ ਸੀ ਸੋਚਣੇ ਆ ਕਿ ਸਾਡੀ ਸਰਕਾਰ ਬਣੇ ਪੰਜਾਬ ਦੇ ਵਿੱਚ ਅਸੀਂ ਆਪਣੇ ਪੰਜਾਬ ਨੂੰ ਉੱਚੀਆਂ ਪੱਧਰਾਂ ਤੇ ਲੈ ਕੇ ਜਾਈਏ ਪਰ ਦੂਜੇ ਪਾਸੇ ਜੇ ਆਪਾਂ ਆਪਣੇ ਹੀ ਬੰਦਿਆਂ ਨੂੰ ਸ਼ਾਮਲ ਕਰਾਉਣ ਲੱਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਕੁਝ ਨਵੇਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਨਰਾਜ਼ਗੀਆਂ ਬੜੀਆਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਦੇ ਨਾਲ ਗੱਠਜੋੜ ਹੋ ਗਿਆ ਉਸ ਤੋਂ ਬਾਅਦ ਲਗਾਤਾਰ ਨਰਾਜ਼ਗੀਆਂ ਨੇ ਕਈ ਜਿਹੜੇ ਆਗੂ ਨੇ ਉਹ ਤਾਂ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਨੇ ਇਸੇ ਦੇ ਚੱਲਦੇ ਇੱਕ ਨੌਰ ਦੀ ਗੱਲ ਕੀਤੀ ਜਾਵੇ ਤਾਂ ਦਾਵੇਦਾਰ ਉਹ ਵੀ ਨੇ ਉਹ ਵੀ ਕਹਿੰਦੇ ਨੇ ਚੰਦੂ ਮਾਜਰਾ ਸਾਹਿਬ ਕਿ ਅਸੀਂ ਲੜਾਂਗੇ ਦੂਜੇ ਪਾਸੇ ਤੁਸੀਂ ਵੀ ਉੱਥੋਂ ਚੋਣ ਲੜਨਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਕਿਸ ਨੂੰ ਟਿਕਟ ਦੇ ਸਕਦੇ ਨੇ ਦੇਖੋ ਇਹ ਪਾਰਟੀ ਪ੍ਰਧਾਨ ਨੂੰ ਪਤਾ ਹੁੰਦਾ ਹੈ ਵੀ ਕਿਹੜਾ ਮੇਰੇ ਨਾਲ ਕਿਵੇਂ ਆ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਉਹ ਗੱਲ ਦੱਸਦੀ ਆ ਮੇਰਾ ਪਰਿਵਾਰ 35-40 ਸਾਲ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੱਗਿਆ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਂ ਉਸ ਪਰਿਵਾਰ ਦੇ ਨਾਲ ਜੁੜੀ ਹੋਈ ਆ ਅੱਜ ਤੱਕ ਸਾਡਾ ਪਰਿਵਾਰ ਕਿਸੇ ਪਾਸੇ ਨਹੀਂ ਗਿਆ ਜਿਹੜੇ ਦੂਜੇ ਲੀਡਰ ਨੇ ਉਹਨਾਂ ਬਾਰੇ ਜੇ ਤੁਸੀਂ ਪੁੱਛੋ ਮੈਨੂੰ ਵੀ ਕਿੱਧਰ-ਕਿੱਧਰ ਘੁੰਮਦੇ ਸੀ ਬਾਦਲ ਸਾਹਿਬ ਨੂੰ ਛੱਡ ਕੇ ਚਲੇ ਗਏ ਸੀ ਜਦੋਂ ਸਾਰੇ ਬਾਦਲ ਸਾਹਿਬ ਨੂੰ ਛੱਡ ਕੇ ਚਲੇ ਗਏ ਸੀ ਇੱਕ ਕੱਲਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੁਖਮੇਲ ਪਰ ਪਰਿਵਾਰ ਸੀ ਜਿਹੜਾ ਬਾਦਲ ਸਾਹਿਬ ਦੇ ਨਾਲ ਖੜਾ ਹੈ ਅੱਜ ਵੀ ਖੜੇ ਆ ਪਹਿਲਾਂ ਵੀ ਖੜੇ ਸੀ ਔਰ ਖੜੇ ਵੀ ਰਹਾਂਗੇ ਇਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜਾਂ ਤੁਹਾਡੇ ਕੋਲੋਂ ਕਿਸੇ ਨੇ ਪਹਿਲਾਂ ਪੁੱਛਿਆ ਸੀਗਾ ਕਿ ਕਿਸ ਤਰ੍ਹਾਂ ਨਾਲ ਅਕਾਲੀ ਦਲ ਬਾਰੇ ਅਸੀਂ ਤਾਂ ਕੱਲ ਖੇਤਾਂ 'ਚ ਪਰਸੋਂ ਰੋਜ਼ ਖੇਤਾਂ 'ਚ ਕੰਮ ਹੈ 24 ਘੰਟੇ ਖੇਤਾਂ 'ਚ ਤਾਂ ਸਾਨੂੰ ਦੁਬਾਰਾ ਫੇਰ ਅਕਾਲੀ ਦਲ ਦੇ ਵਿੱਚ ਜੁਆਇਨ ਇਹ ਠੀਕ ਗੱਲ ਨਹੀਂ ਹੈਗੀ ਤਾਂ ਪਹਿਲੇ ਹੀ ਅਸੀਂ ਜ਼ੀਰੋ ਤੋਂ ਫੇਰ ਸਟਾਰਟ ਹੋਈਏ ساری ਉਮਰ ਤਾਂ ਹੋ ਗਈ ਕਾਲੀ ਦਲ ਨਾਲ ਜੁੜਿਆ ਹੋਏ ਹਾਂ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਆ ਰਹੀਆਂ ਨੇ ਉਵੇਂ ਹੋਵੇਂ ਹੀ ਸਾਰੀਆਂ ਸਿਆਸੀ ਧਿਰਾਂ ਪੱਬਾਂ ਪਾਰ ਹੋ ਗਈਆਂ ਨੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਨੇ ਪਟਿਆਲਾ ਦੇ ਨਜ਼ਦੀਕ ਪੈਂਦੇ ਕਨੌਰ ਦੀ ਕਜਈ ਸੀਟ ਹੈ ਜਿਸ ਦੇ ਉੱਤੇ ਅਜੇ ਵੀ ਉਮੀਦਵਾਰ ਦੇ ਨਾਮ ਦਾ ਰੇੜਕਾ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜੇ ਉੱਥੇ ਉਮੀਦਵਾਰ ਨਹੀਂ ਐਲਾਨਿਆ ਗਿਆ ਪਰ ਇਸੇ ਦੇ ਚਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜੋ ਦਾਅਵੇਦਾਰੀ ਜਿਤਾਉਂਦੇ ਨੇ ਕਿ ਮੈਂ ਉਸ ਸੀਟ ਤੋਂ ਚੋਣ ਲੜ ਨੇ ਜੁਆਇਨਿੰਗ ਕਰਵਾਈ ਅਕਾਲੀ ਦਲ ਦੇ ਵਿੱਚ ਕੁਝ ਵਰਕਰਾਂ ਦੀ ਨਵੀਆਂ ਦੀ ਜੁਆਇਨਿੰਗ ਕਰਵਾਈ ਪਰ ਜਿਹੜਾ ਸੱਚ ਸਾਹਮਣੇ ਆਇਆ ਉਹ ਇਹ ਹੈ ਕਿ ਉਹ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾ ਹੀ ਸਰਪੰਚ ਸੀ ਉਹਨਾਂ ਦੀ ਜੁਆਇਨਿੰਗ ਦੁਬਾਰਾ ਕਰਵਾ ਦਿੱਤੀ ਗਈ ਹੈ ਇਸ ਮਾਮਲੇ ਤੋਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਅਕਾਲੀ ਆਗੂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਹੀ ਜਿਨ੍ਹਾਂ ਸਰਪੰਚਾਂ ਦੀ ਜੁਆਇਨਿੰਗ ਕਰਵਾਈ ਗਈ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਪਹਿਲਾਂ ਬੀਬੀ ਦਾ ਸਵਾਗਤ ਕਰਦੇ ਆਂ ਬੀਬੀ ਸਵਾਗਤ ਹੈ ਤੁਹਾਡਾ D5 ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬੀਬੀ ਜੀ ਕੀ ਰੇੜਕਾ ਬਰਕਰਾਰ ਹੈ ਜਿਸ ਤਰ੍ਹਾਂ ਦੇ ਨਾਲ ਖਬਰਾਂ ਆਈਆਂ ਨੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕੁਝ ਅਕਾਲੀ ਦਲ ਵਾਲੇ ਵਰਕਰ ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਗਈ ਹੈ ਹਾਲਾਂਕਿ ਉਹ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਨੇ ਦੇਖੋ ਮੈਂ ਖਬਰਾਂ ਦੇ ਵਿੱਚ ਦੇਖਿਆ ਸੀ ਸੁਣਿਆ ਸੀ ਪਰ ਮੈਂ ਫਿਰ ਚੁੱਪ ਕਰ ਗਈ ਸੀ ਮੈਂ ਕਿਹਾ ਚਲੋ ਜੋ ਹੋ ਰਿਹਾ ਦੇਖੀ ਚਲੋ ਪਰ ਅੱਜ ਮੇਰੇ ਕੋਲੇ ਸਰਪੰਚ ਸੋਮਨਾਥ ਜੀ ਪਿੰਡ ਸੋਗਲਪੁਰ ਤੋਂ ਸਰਪੰਚ ਨਛੱਤਰ ਸਿੰਘ ਜੀ ਅਲਮਦੀਪਰ ਤੋਂ ਇਹ ਆਏ ਜਿਨ੍ਹਾਂ ਨੂੰ ਨਾ ਇਹ ਚੰਡੀਗੜ੍ਹ ਗਏ ਨਾ ਇਹ ਸ਼ਾਮਲ ਹੋਏ ਪਰ ਉੱਥੇ ਇਹਨਾਂ ਦਾ ਨਾਂ ਬੋਲਿਆ ਗਿਆ ਇਹਨਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ ਜਦੋਂ ਖਬਰਾਂ ਦੇ ਵਿੱਚ ਇਹਨਾਂ ਦਾ ਨਾਂ ਸੁਣਿਆ ਗਿਆ ਇਹ ਮੇਰੇ ਕੋਲ ਆਏ ਮੈਨੂੰ ਕਹਿਣ ਲੱਗੇ ਬੀਬੀ ਜੀ ਵੀ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਕਿ ਅਸੀਂ ਨਾ ਉੱਥੇ ਗਏ ਹਾਂ ਤੇ ਅਸੀਂ ਤਾਂ ਪਹਿਲਾਂ ਹੀ ਸ਼ਰੂਮੜੀ ਕਾਲੀ ਦੇ ਵਿੱਚ ਆ ਤੇ ਅਸੀਂ ਇਹਨਾਂ ਕੋਈ ਸ਼ਾਮਲ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਕਈ ਹੋਰ ਵੀ ਸਰਪੰਚ ਨੇ ਪੰਚ ਨੇ ਜਿਹੜੇ ਕਿ ਉਹਨਾਂ ਨਾਲ ਨਾਂ ਬੋਲੇ ਆ ਗਿਆ ਜਿਵੇਂ ਕਿ ਆਪਣਾ ਭਗੋਰੇ ਤੋਂ ਹੈਗੇ ਜਸਵੀਰ ਸਿੰਘ ਜੀ ਭਗੋਰੇ ਤੋਂ ਵਿਰਸਾ ਸਿੰਘ ਜੀ ਜਸਵੀਰ ਸਿੰਘ ਦੜਵਾ ਜੀ ਕਈ ਹੋਰ ਬੰਦੇ ਨੇ ਸਤਨਾਮ ਸਿੰਘ ਜੰਡ ਮਘੋਲੀ ਜਿਹੜੇ ਕਿ ਉੱਥੇ ਇਹ ਗਏ ਨਹੀਂ ਸੀ ਵਿਰਸਾ ਸਿੰਘ ਤੇ ਜਸਵੀਰ ਸਿੰਘ ਜ਼ਰੂਰ ਗਏ ਹੋਏ ਸੀ ਵਿਰਸਾ ਸਿੰਘ ਦੇ ਸਰੂਪਾ ਪਾਇਆ ਮੈਂ ਵਿਰਸਾ ਸਿੰਘ ਨੂੰ ਵਧਾਈ ਦਿੰਦੀ ਆ ਜੋ ਮੈਨੂੰ ਕਹਿਣ ਲੱਗਿਆ ਮੈਨੂੰ ਵਧਾਈ ਕਾ ਦੇ ਨਾਉਂਦੀ ਆ ਮੈਂ ਕਿਹਾ ਤੁਸੀਂ ਅਕਾਲੀ ਦਲ ਸ਼ਾਮਲ ਹੋਏ ਹੋ ਪਹਿਲਾਂ ਹੀ ਅਕਾਲੀ ਦਲ ਦੇ ਹੂੰ ਤੇ ਉਹ ਹੱਸਣ ਲੱਗਿਆ ਮੈਨੂੰ ਕਹਿਣ ਲੱਗਿਆ ਬੀਬੀ ਜੀ ਬਸ ਤੁਹਾਨੂੰ ਪਤਾ ਹੀ ਹੈ ਵੀ ਕੀ ਹੋ ਰਿਹਾ ਹੈ ਤੇ ਅੱਜ ਜਦੋਂ ਇਹ ਸਰਪੰਚ ਆਏ ਇਹਨਾਂ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਨੀ ਆ ਕਿ ਦੇਖੋ ਜਿਹੜੇ ਸਾਡੇ ਵੱਡੇ ਲੀਡਰ ਨੇ ਜੇ ਉਹ ਇਹੀ ਕੰਮ ਕਰਨ ਲੱਗ ਗਏ ਤਾਂ ਬਹੁਤ ਮਾੜੀ ਗੱਲ ਹੈ ਸਾਡੀ ਪਾਰਟੀ ਦੀ ਜਿਹੜੀ ਸ਼ਵੀ ਹੈ ਉਹ نیچے ਗਿਰੂਗੀ ਉੱਪਰ ਨਹੀਂ ਹੋਊਗੀ ਕਿ ਇੱਕ ਪਾਸੇ ਸੀ ਸੋਚਣੇ ਆ ਕਿ ਸਾਡੀ ਸਰਕਾਰ ਬਣੇ ਪੰਜਾਬ ਦੇ ਵਿੱਚ ਅਸੀਂ ਆਪਣੇ ਪੰਜਾਬ ਨੂੰ ਉੱਚੀਆਂ ਪੱਧਰਾਂ ਤੇ ਲੈ ਕੇ ਜਾਈਏ ਪਰ ਦੂਜੇ ਪਾਸੇ ਜੇ ਆਪਾਂ ਆਪਣੇ ਹੀ ਬੰਦਿਆਂ ਨੂੰ ਸ਼ਾਮਲ ਕਰਾਉਣ ਲੱਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਪੀਬੀਜੀ ਕ ਅਸਵਾਰ ਕੁਝ ਨਵੇਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਨਰਾਜ਼ਗੀਆਂ ਬੜੀਆਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਦੇ ਨਾਲ ਗੱਠਜੋੜ ਹੋ ਗਿਆ ਉਸ ਤੋਂ ਬਾਅਦ ਲਗਾਤਾਰ ਨਰਾਜ਼ਗੀਆਂ ਨੇ ਕਈ ਜਿਹੜੇ ਆਗੂ ਨੇ ਉਹ ਤਾਂ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਨੇ ਇਸੇ ਦੇ ਚੱਲਦੇ ਇੱਕ ਨੌਰ ਦੀ ਗੱਲ ਕੀਤੀ ਜਾਵੇ ਤਾਂ ਦਾਵੇਦਾਰ ਉਹ ਵੀ ਨੇ ਉਹ ਵੀ ਕਹਿੰਦੇ ਨੇ ਚੰਦੂ ਮਾਜਰਾ ਸਾਹਿਬ ਕਿ ਅਸੀਂ ਲੜਾਂਗੇ ਦੂਜੇ ਪਾਸੇ ਤੁਸੀਂ ਵੀ ਉੱਥੋਂ ਚੋਣ ਲੜਨਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਵੀਰ ਸਿੰਘ ਬਾਦਲ ਕਿਸ ਨੂੰ ਟਿਕਟ ਦੇ ਸਕਦੇ ਦੇਖੋ ਇਹ ਪਾਰਟੀ ਪ੍ਰਧਾਨ ਨੂੰ ਪਤਾ ਹੁੰਦਾ ਹੈ ਵੀ ਕਿਹੜਾ ਮੇਰੇ ਨਾਲ ਕਿਵੇਂ ਆ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਉਹ ਗੱਲ ਦੱਸਦੀ ਹਾਂ ਮੇਰਾ ਪਰਿਵਾਰ 35-40 ਸਾਲ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੱਗਿਆ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਂ ਉਸ ਪਰਿਵਾਰ ਦੇ ਨਾਲ ਜੁੜੀ ਹੋਈ ਹਾਂ ਅੱਜ ਤੱਕ ਸਾਡਾ ਪਰਿਵਾਰ ਕਿਸੇ ਪਾਸੇ ਨਹੀਂ ਗਿਆ ਜਿਹੜੇ ਦੂਜੇ ਲੀਡਰ ਨੇ ਉਹਨਾਂ ਬਾਰੇ ਜੇ ਤੁਸੀਂ ਪੁੱਛੋ ਮੈਨੂੰ ਵੀ ਕਿੱਧਰ-ਕਿੱਧਰ ਘੁੰਮਦੇ ਸੀ ਬਾਦਲ ਸਾਹਿਬ ਨੂੰ ਛੱਡ ਕੇ ਚਲੇ ਗਏ ਸੀ ਜਦੋਂ ਸਾਰੇ ਬਾਦਲ ਸਾਹਿਬ ਨੂੰ ਛੱਡ ਕੇ ਚਲੇ ਗਏ ਸੀ ਇੱਕ ਕੱਲਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੁਖਮੇਲਪੁਰ ਪਰਿਵਾਰ ਸੀ ਜਿਹੜਾ ਬਾਦਲ ਸਾਹਿਬ ਦੇ ਨਾਲ ਖੜਾ ਹੈ ਅੱਜ ਵੀ ਖੜੇ ਆ ਪਹਿਲਾਂ ਵੀ ਖੜੇ ਸੀ ਔਰ ਖੜੇ ਵੀ ਰਹਾਗੇ ਜੀ ਤੇ ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਤੁਸੀਂ ਹਲਕਾ ਇੰਚਾਰਜ ਵੀ ਹੋ ਕਨੌਰ ਤੋਂ ਕੀ ਮੁੱਦੇ ਨੇ ਜੋ ਕਾਂਗਰਸ ਨੇ ਨਹੀਂ ਹੱਲ ਕੀਤੇ ਤੇ ਤੁਸੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਤੇ ਬਸਪਾ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਮੁੱਦਿਆਂ ਦੇ ਉੱਤੇ ਕਿਸ ਤਰ੍ਹਾਂ ਕੰਮ ਕਰੋਗੇ ਹਲਕਾ ਕਨੌਰ ਤੁਸੀਂ ਬਹੁਤ ਚੰਗੀ ਤਰ੍ਹਾਂ ਸਾਰੀ ਜਾਣਦੇ ਹੋਵੋਗੇ ਕਿ ਅੱਜ ਵਰਡ ਦੇ ਵਿੱਚ ਮਸ਼ਹੂਰ ਹੋਇਆ ਪਿਆ ਭਾਵੇਂ ਮਾਈਨਿੰਗ ਦੇ ਵਿੱਚ ਕੰਨੀ ਹੋ ਜਾਵੇ ਭਾਵੇਂ ਸ਼ਰਾਬ ਦੀ ਫੈਕਟਰੀ ਨਾਲ ਹੋ ਜਾਵੇ ਪਰ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਆ ਕਿ ਸਾਡੀ ਸਰਕਾਰ ਆਉਗੀ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੀ ਅਸੀਂ ਆਪਣੇ ਜਿਹੜੇ ਕੰਮ ਰਹਿੰਦੇ ਨੇ ਉਹ ਸਾਰੇ ਕੰਮਾਂ ਨੂੰ ਪੂਰਾ ਕਰਾਂਗੇ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਬੱਚੇ ਸਕੂਲ ਚਲੇ ਜਾਂਦੇ ਨੇ ਕਾਲਜ ਚਲੇ ਜਾਂਦੇ ਨੇ ਬੱਚੀਆਂ ਨੂੰ ਮਾਪੇ ਨਹੀਂ ਪੜਾਉਂਦੇ ਇਸ ਕਰਕੇ ਉਹਨਾਂ ਬੱਚਿਆਂ ਕਰਨੀ ਖਾਸ ਧਿਆਨ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਹਲਕੇ ਦੇ ਲੋਕ ਨੇ ਤੁਹਾਨੂੰ ਪਤਾ ਹਸਪੀਟਲ ਦੀ ਬੜੀਆਂ ਘਾਟਾਂ ਨੇ ਜੀ ਉਹਨਾਂ ਦੀ ਸਿਹਤ ਵਾਸਤੇ ਅਸੀਂ ਚੰਗੇ ਤੋਂ ਚੰਗੇ ਡਾਕਟਰ ਹਸਪੀਟਲ ਉਹ ਵੀ ਬਣਵਾਵਾਂਗੇ ਔਰ ਜਿਹੜੇ ਗਰੀਬ ਪਰਿਵਾਰ ਨੇ ਜੋ ਉਹਨਾਂ ਦੀਆਂ ਲੋੜਾਂ ਨੇ ਉਹ ਅਸੀਂ ਪਹਿਲ ਦੇ ਆਧਾਰ ਤੇ ਲੋੜਾਂ ਪੂਰਾ ਕਰਾਂਗੇ ਸਾਡੇ ਕਿਸਾਨਪਰਾ ਜਿਹੜੇ ਕਿ ਬਹੁਤ ਸਮੇਂ ਤੋਂ ਧਰਨੇ ਲਾ ਰਹੇ ਨੇ ਉਹਨਾਂ ਦੀਆਂ ਮੰਗਾਂ ਨੂੰ ਅਸੀਂ ਜਿਹੜੀਆਂ ਪੂਰੀਆਂ ਕਰਾਉਣ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਤਾਂ ਕਿ ਸਾਡੇ ਕਿਸਾਨ ਨੇ ਉਹ ਆਪਣੇ ਘਰਾਂ ਨੂੰ ਵਾਪਸ ਖੁਸ਼ੀ-ਖੁਸ਼ੀ ਪਰਤਣ ਜੀ ਤੇ ਜਿਸ ਤਰ੍ਹਾਂ ਦੇ ਨਾਲ ਸਰਪੰਚ ਤੁਹਾਡੇ ਕੋਲ ਆਏ ਨੇ ਮਸਲਾ ਲੈ ਕੇ ਕਿ ਸਾਡਾ ਅਸੀਂ ਅਕਾਲੀ ਦਲ ਦੇ ਵਿੱਚ ਸੀਗੇ ਦੁਬਾਰਾ ਫੇਰ ਜੁਆਇਨਿੰਗ ਦਾ ਜਿਹੜਾ ਸਾਨੂੰ ਕਹਿ ਦਿੱਤਾ ਗਿਆ ਤਾਂ ਇਹਦੀ ਤੁਸੀਂ ਗੱਲ ਅੱਗੇ ਵੀ ਕਰੋਗੇ ਪ੍ਰਧਾਨ ਸਾਹਿਬ ਤੱਕ ਪਹੁੰਚਾਓਗੇ ਗੱਲ ਬਿਲਕੁਲ ਕਰਾਂਗੇ ਅਸੀਂ ਪ੍ਰਧਾਨ ਸਾਹਿਬ ਨਾਲ ਨਾਲ ਲੈ ਕੇ ਜਾਵਾਂਗੇ ਵੀ ਦੇਖੋ ਜੀ ਇਹ ਤਾਂ ਪਹਿਲਾਂ ਹੀ ਸ਼ਾਮਲ ਹੋਏ ਹੋਏ ਨੇ ਇਹਨਾਂ ਦੇ ਝੂਠੇ ਨਾ ਬੋਲੇ ਗਏ ਨੇ ਇਹ ਗਲਤ ਗੱਲ ਹੈ ਦੇਖੋ ਮੈਂ ਮੈਂ ਤਾਂ ਗਲਤ ਗੱਲ ਕਹਿਨੀ ਆ ਹੋਰ ਪਤਾ ਨਹੀਂ ਉਹਨਾਂ ਨੂੰ ਚੰਗੀ ਲੱਗਦੀ ਹੋਵੇ ਵੀ ਮੈਂ ਬੰਦੇ ਦਿਖਾ ਦਵਾਂ ਐਦਾਂ ਬੰਦੇ ਦਿਖਾਉਣ ਨਾਲ ਨਹੀਂ ਗੱਲ ਬਣਦੀ ਹੁੰਦੀ ਹੈਗੀ ਜੇ ਤਾਂ ਬੰਦਿਆਂ ਦੇ ਵਿੱਚ ਪਿਆਰ ਸਤਿਕਾਰ ਹੁੰਦਾ ਤਾਂ ਬੰਦਿਆਂ ਦੇ ਨਾਲ ਮੈਂ ਤਾਂ ਜੇ ਇਸ ਘਰ ਦੇ ਵਿੱਚ ਵੀ ਜਾਨਣੀ ਆ ਆਪਣੇ ਵਰਕਰਾਂ ਦੇ ਕੋਲੇ ਜਾਨਣੀ ਆ ਮੈਂ ਉਥੇ ਐਮਐਲਏ ਜਾਂ ਕੁਝ ਬਣ ਕੇ ਨਹੀਂ ਜਾਂਦੀ ਮੈਂ ਤਾਂ ਉਹਨਾਂ ਦੀ ਪਰਿਵਾਰ ਦੀ ਮੈਂਬਰ ਬਣ ਕੇ ਜਾਂਦੀ ਆ ਉਹਨਾਂ ਦੀ ਰਸੋਈ 'ਚ ਬਹਿ ਕੇ ਖਾਣਾ ਖਾ ਲੈਣਾ ਉਹਨਾਂ ਦੇ ਅੰਦਰ ਕਮਰਿਆਂ 'ਚ ਬੈਠਣਾ ਮੇਰਾ ਤਾਂ ਇਹ ਅਸੂਲ ਹੈ ਜੀ ਸਾਡੇ ਨਾਲ ਸਰਪੰਚ ਵੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਉਥੇ ਅਨਾਉਂਸ ਕਰ ਦਿੱਤਾ ਗਿਆ ਕਿ ਅਕਾਲੀ ਦਲ ਦੇ ਵਿੱਚ ਇਹ ਸ਼ਾਮਲ ਹੋਣ ਵਾਲੇ ਨੇ ਜਦ ਕਿ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਸੀਗੇ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਮੌਜੂਦਾ ਸਰਪੰਚ ਹੋ ਜਾਂ ਸਾਬਕਾ ਸਾਬਕਾ ਸਰਪੰਚ ਜੀ ਹਾਂਜੀ ਤੇ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਜਾਂ ਤੁਹਾਡੇ ਕੋਲੋਂ ਕਿਸੇ ਨੇ ਪਹਿਲਾਂ ਪੁੱਛਿਆ ਸੀਗਾ ਕਿ ਕਿਸ ਤਰ੍ਹਾਂ ਨਾਲ ਅਕਾਲੀ ਦਲ ਬਾਰੇ ਨਹੀਂ ਜੀ ਅਸੀਂ ਤਾਂ ਕੱਲ ਖੇਤਾਂ 'ਚ ਪਰਸੋਂ ਰੋਜ਼ ਖੇਤਾਂ 'ਚ ਕੰਮ ਹੈ 24 ਘੰਟੇ ਖੇਤਾਂ 'ਚ ਤਾਂ ਸਾਨੂੰ ਦੁਬਾਰਾ ਫੇਰ ਅਕਾਲੀ ਦਲ ਦੇ ਵਿੱਚ ਜੁਆਇਨ ਇਹ ਠੀਕ ਗੱਲ ਹੀ ਹੈਗੀ ਤਾਂ ਪਹਿਲੇ ਹੀ ਅਸੀਂ ਜ਼ੀਰੋ ਤੋਂ ਫੇਰ ਸਟਾਰਟ ਹੋਈਏ ਸਾਰੀ ਉਮਰ ਤਾਂ ਹੋ ਗਈ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਨੇ ਤੋ ਇਹ ਮਹਿਸੂਸ ਜਿਆ ਨਹੀਂ ਹੋਇਆ ਕਿ ਇੱਕ ਪਾਰਟੀ ਲਈ ਅਸੀਂ ਇੰਨਾ ਕੁਝ ਕੀਤਾ ਤੇ ਉਹੀ ਪਾਰਟੀ ਦੇ ਜਿਹੜੇ ਉਥੋਂ ਦੇ ਦਾਵੇਦਾਰ ਕਹਿੰਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਤੁਸੀਂ ਪਾਰਟੀ 'ਚ ਹੋ ਕੇ ਨਹੀਂ ਅਕਾਲੀ ਦਲ ਦੇ ਵਿੱਚ ਸਰਪੰਚ ਰਹੇ ਸੀ 40 ਲੱਖ ਰੁਪਇਆ ਮੀਬੀ ਜੀ ਨੇ ਸਾਨੂੰ ਦਿੱਤਾ ਸੀ ਪਿੰਡ ਦੀ ਫੁੱਲ ਰੱਜ ਰੱਜ ਕੇ ਸੇਵਾ ਕੀਤੀ ਲੇਕਿਨ ਦੁਬਾਰਾ ਫਿਰ ਕਾਲੀ ਦਲ ਜੋ ਹੈ ਨਾ ਅੱਛਾ ਨਹੀਂ ਲੱਗਿਆ ਹੈ ਬਿਲਕੁਲ ਬੜੀ ਅਜੀਬੋ ਗਰੀਬ ਜੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਚੋਣਾਂ ਨੇੜੇ ਆ ਰਹੀਆਂ ਨੇ ਪਾਰਟੀਆਂ ਵੱਲੋਂ ਜਿਹੜਾ ਵੱਖ-ਵੱਖ ਜਿਹੜੀਆਂ ਚੋਣ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਉਸੇ ਦੇ ਚੱਲਦੇ ਆ ਇਹ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਅਕਾਲੀ ਦਲ ਦਾ ਸ਼ਖਸ ਹੋਵੇ ਉਹਦੇ ਵਿੱਚ ਅਕਾਲੀ ਦਲ ਦਾ ਹਿੱਸਾ ਹੋਵੇ ਇੱਕ ਤੇ ਉਸ ਨੂੰ ਦੁਬਾਰਾ ਜੁਆਇਨਿੰਗ ਵਾਸਤੇ ਕਹਿ ਦਿੱਤਾ ਜਾਵੇ ਨਾਮ ਅਨਾਉਂਸ ਕਰ ਦਿੱਤਾ ਜਾਵੇ ਬਿਲਕੁਲ ਹੈਰਾਨੀ ਵਾਲੀ ਹੈ ਜਿਸ ਦੇ ਨਾਲ ਇਹ ਵਾਕਿਆ ਹੋਇਆ ਹੈ ਉਹ ਹੈਰਾਨ ਤਾਂ ਜ਼ਰੂਰ ਹੋਇਆ ਹੋਵੇਗਾ ਸਾਡੇ ਨਾਲ ਹੋਰ ਵੀ ਸਰਪੰਚ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਕੁਝ ਅਜੀਹਾ ਹੀ ਵਾਪਰਿਆ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ 70 ਸਿੰਘ ਜੀ ਤੁਹਾਡੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਜਾਂ ਕੀ ਤੁਸੀਂ ਅਕਾਲੀ ਦਲ ਦਾ ਹਿੱਸਾ ਸੀ ਦੁਬਾਰਾ ਜੁਆਇਨ ਕਰਾਇਆ ਨਾ ਜੀ ਮੇਰੇ ਤੋਂ ਸਾਈਨ ਦੇ ਕਰਾ ਕੇ ਲੈ ਕੇ ਲੇਗੇ ਤੇ ਉੱਥੇ ਕਰ ਦਿਆ ਉਹਨੇ ਆਪੂ ਸਾਈਨ ਕਿਸ ਚੀਜ਼ ਤੇ ਕਰਵਾ ਕੇ ਲੈ ਗਏ ਸੀ ਕਾਗਜ਼ ਤੇ ਕਾਗਜ਼ ਦੇ ਉੱਤੇ ਕੁਝ ਲਿਖਿਆ ਹੋਇਆ ਸੀ ਮੈਨੂੰ ਨਹੀਂ ਪਤਾ ਲਿਖਿਆ ਵਾ ਮੈਂ ਕਿਹੜਾ ਪੜਿਆ ਵਾ ਜੀ ਹਾਂ ਨਾ ਜੀ ਬਿਲਕੁਲ ਜਿਸ ਤਰ੍ਹਾਂ ਦਾ ਤੁਹਾਡੀ ਸਰਪੰਚਾਂ ਨਾਲ ਵੀ ਗੱਲ ਕਰਵਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਜੇਆ ਕੁਝ ਹੋ ਰਿਹਾ ਹੈ ਪਹਿਲਾਂ ਹੀ ਜਿਹੜੀਆਂ ਸਿਆਸੀ ਧਿਰਾਂ ਨੇ ਲਗਾਤਾਰ ਇੱਕ ਦੂਜੇ ਦੇ ਉਤੇ ਖਿੱਚੋਤਾਣ ਕਰ ਰਹੀਆਂ ਨੇ ਬਿਆਨਬਾਜ਼ੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਾਂਚ ਕਰਵਾਉਣਗੇ ਤਾਂ ਜੋ ਜਿਸ ਤਰ੍ਹਾਂ ਦੇ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ ਜਾਂ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਬੀਬੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਮਿਹਰਬਾਨ ਸੋ so, D5 ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਨੇ ਜਿਸ ਤਰ੍ਹਾਂ ਦੇ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਉਸੇ ਤਰ੍ਹਾਂ ਹੀ ਪਲ-ਪਲ ਦੀ ਅਪਡੇਟ ਲੈ ਕੇ ਤੁਹਾਡੇ ਤੱਕ ਫਿਰ ਹਾਜ਼ਰ ਹੁੰਦੇ ਰਹਾਂਗੇ ਫਿਲਹਾਲ ਇਜਾਜ਼ਤ ਦਿਓ ਮੇਰੇ ਨਾਲ ਕੈਮਰਾਮੈਨ ਦਵਿੰਦਰ ਚੋਹਾਨ ਮਹਤਮਿੰਦਰ ਸੰਧੂ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਪੂਰੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ